ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਅਕਸਰ ਇਹ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਸ ਅਖਾਣ ਨੂੰ ਦੋ ਨੁਕਤਿਆਂ ਤੋਂ ਵੇਖਿਆ ਜਾ ਸਕਦਾ ਹੈ। ਇੱਕ ਤਾਂ ਇਹ ਕਿ ਅਸੀਂ ਬੀਤੇ ਕੋਲੋਂ ਸਬਕ ਨਹੀਂ ਲੈਂਦੇ ਅਤੇ ਇਸ ਲਈ ਬੀਤੇ ਦੀਆਂ ਗਲਤੀਆਂ ਵਰਤਮਾਨ ਸਮੇਂ ਵਿੱਚ ਵੀ ਦੁਹਰਾਉਂਦੇ ਹਾਂ। ਦੂਸਰਾ ਇਹ ਕਿ ਬੀਤੇ ਵਿੱਚ ਕੁਰਬਾਨੀ ਕਰਨ ਦੀਆਂ ਅਗਲੀਆਂ ਨਸਲਾਂ ਵੀ ਬੀਤੇ ਤੋਂ ਪ੍ਰੇਰਣਾ ਲੈ ਕੇ ਕੁਰਬਾਨੀ ਲਈ ਤਤਪਰ ਰਹਿੰਦੀਆਂ ਹਨ। ਇਹੋ ਜਾਪਦਾ ਹੈ ਕਿ ਸਿੱਖ ਕੌਮ ਦੇ ਮਾਮਲੇ ਵਿੱਚ ਇਹ ਦੋਵੇਂ ਹੀ ਨੁਕਤੇ ਪੂਰੀ ਤਰ੍ਹਾਂ ਟੁੱਕਦੇ ਹਨ। ਅਸੀਂ ਕੁਰਬਾਨੀਆਂ ਤੋਂ ਵੀ ਪਿੱਛੇ ਨਹੀਂ ਹਟੇ, ਪਰ ਆਪਣੇ ਵਿਚਲੇ ਗੱਦਾਰਾਂ ਅਤੇ ਪੰਥ ਦੋਖੀਆਂ ਨੂੰ ਵੀ ਪਹਿਚਾਨਣ ਤੋਂ ਅਸਮਰਥ ਹਾਂ। ਪਿਛਲੇ ਲਗਭਗ 20 ਦਿਨਾਂ ਤੋਂ ਭਾਈ ਗੁਰਬਖਸ਼ ਸਿੰਘ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਉਹਨਾਂ ਦਾ ਵਜ਼ਨ ਲਗਾਤਾਰਤਾ ਨਾਲ ਘੱਟ ਰਿਹਾ ਹੈ, ਭਾਵੇਂ ਕਿ ਉਹ ਚੜ੍ਹਦੀ ਕਲਾ ਵਿੱਚ ਹਨ। ਉਹਨਾਂ ਦੀ ਮੰਗ ਪ੍ਰਤੀ ਬਾਹਰਲੇ ਦੇਸ਼ਾਂ ਵਿੱਚ ਬੈਠੇ ਸਿੱਖਾਂ ਵਿੱਚ ਤਾਂ ਇੱਕ ਲਹਿਰ ਸ਼ੁਰੂ ਹੋ ਗਈ ਹੈ, ਪਰ ਇਹੋ ਜਾਪਦਾ ਹੈ ਕਿ ਸੱਤਾ ਅਤੇ ਕਾਬਜ਼ ਅਕਾਲੀ ਦਲ ਭਾਈ ਗੁਰਬਖਸ਼ ਸਿੰਘ ਦੇ ਮਿਸ਼ਨ ਨੂੰ ਸਾਬੋਤਾਜ ਕਰਨ ਲਈ ਪੱਬਾਂ ਪਾਰ ਹੋਇਆ ਹੈ। 4 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਤੱਕ ਕੀਤੀ ਜਾਣ ਵਾਲੀ ਰਿਹਾਈ ਮਾਰਚ ਤੋਂ ਠੀਕ ਪਹਿਲਾਂ ਭਾਈ ਕੰਵਰਪਾਲ ਸਿੰਘ ਬਿੱਟੂ ਦਲ ਖਾਲਸਾ ਦੀ ਗ੍ਰਿਫਤਾਰੀ ਇਸ ਪਾਸੇ ਇਸ਼ਾਰਾ ਕਰਦੀ ਹੈ। ਇਹੋ ਲੱਗਦਾ ਹੈ ਕਿ ਇਸ ਵਾਰ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੇ ਵਰਤ ਵੇਲੇ ਦਾ ਇਤਿਹਾਸ ਦੁਹਰਾ ਰਹੀ ਹੈ। ਉਦੋਂ ਵੀ ਪੰਜਾਬ ਵਿੱਚ ਅਕਾਲੀ ਸਰਕਾਰ ਸੀ, ਜਿਸ ਨੇ ਜਥੇਦਾਰ ਫੇਰੂਮਾਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਮੱਥਾ ਵੀ ਨਹੀਂ ਸੀ ਟੇਕਣ ਦਿੱਤਾ ਅਤੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਸੀ, ਜਿੱਥੇ ਉਹਨਾਂ ਨੇ 74 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਹਾਲਾਂਕਿ ਉਹਨਾਂ ਦੀਆਂ ਮੰਗਾਂ ਵੀ ਉਹੀ ਸਨ ਜੋ ਅਕਾਲੀ ਦਲ ਦੀਆਂ ਸਨ, ਜਿਵੇਂ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਪੰਜਾਬ ਵਿੱਚ ਸ਼ਾਮਿਲ ਕਰਨ ਦੀ ਮੰਗ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਪੰਜਾਬ ਦਾ ਕੰਟਰੋਲ। ਸਰਦਾਰ ਫੇਰੂਮਾਨ ਦੀ ਸ਼ਹੀਦੀ ਨੂੰ ਬਾਅਦ ਵਿੱਚ ਅਕਾਲੀਆਂ ਨੇ ਕੇਂਦਰ ਸਰਕਾਰ ਦੇ ਖਾਤੇ ਵਿੱਚ ਪਾ ਦਿੱਤਾ ਸੀ ਕਿ ਉਸ ਨੇ ਪੰਜਾਬ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ। ਅਤੇ ਭਾਈ ਗੁਰਬਖਸ਼ ਸਿੰਘ ਜੀ ਦੇ ਕੇਸ ਵਿੱਚ ਵੀ ਇਹ ਇਤਿਹਾਸ ਦੁਹਰਾਇਆ ਜਾਂਦਾ ਲੱਗਦਾ ਹੈ। ਪਹਿਲਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਗੁਰਦੁਆਰਾ ਅੰਬ ਸਾਹਿਬ ਵਿੱਚ ਅਖੰਡ ਪਾਠ ਰੱਖਣ ਨਹੀਂ ਦਿੱਤਾ ਅਤੇ ਇਨਕਾਰ ਕਰ ਦਿੱਤਾ ਸੀ, ਅਤੇ ਹੁਣ ਜਾਪਦਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 30 ਮਿਲੀਅਨ ਸਿੱਖ ਕੌਮ ਦੇ ਸਾਹਮਣੇ ਅੱਜ ਇੱਕ ਗੰਭੀਰ ਚੈਲੰਜ ਹੈ। ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਇਸ ਵੇਲੇ ਇੱਕ ਮੁੱਖ ਕੌਮੀ ਇਸ਼ੂ ਹੈ ਅਤੇ ਅਸੀਂ ਇਸ ਸੰਬੰਧੀ ਗੱਲਬਾਤ ਕਰ ਰਹੇ ਹਾਂ ਸਰਦਾਰ ਸੁਖਦੇਵ ਸਿੰਘ ਗਿੱਲ, ਅ ਫੇਮਸ ਮੀਡੀਆ ਪਰਸਨੈਲਿਟੀ ਫਰੋਮ ਕੈਨੇਡਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਾਡੇ ਵੀਰ ਭੈਣ ਭਰਾ ਦਰਸ਼ਕ ਟੀਵੀ 84 ਨੂੰ ਇਸ ਸਮੇਂ ਦੇਖ ਰਹੇ ਨੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਥੈਂਕ ਯੂ ਜੀ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਭਾਈ ਗੁਰਬਖਸ਼ ਸਿੰਘ ਜੀ ਦੇ ਪਿਛੋਕੜ ਬਾਰੇ ਜਾਣਨਾ ਚਾਹਾਂਗੇ। ਭਾਈ ਗੁਰਬਖਸ਼ ਸਿੰਘ ਜੀ ਇੱਕ ਬੜੇ ਗੁਰਸਿੱਖ ਪਰਿਵਾਰ ਦੇ ਵਿੱਚ ਹੈ, ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਵੀ ਨੇੜਤਾ ਰਹੀ ਹੈ। ਸੋ 1984-86 ਤੋਂ ਲੈ ਕੇ ਇਹਨਾਂ ਨੇ ਕਾਫੀ ਜਿਹੜਾ ਸੰਘਰਸ਼ ਦੇ ਵਿੱਚ ਹਿੱਸਾ ਪਾਇਆ, ਕਿਉਂਕਿ ਸਮੇਂ ਦਰ ਸਮੇਂ ਤੇ 1994 ਵਿੱਚ ਇਹਨਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ, ਕਈ ਤਰ੍ਹਾਂ ਕੇਸ ਪਾ ਕੇ ਫਿਰ 2010 ਵਿੱਚ ਇਹਨਾਂ ਨੂੰ ਰਿਹਾ ਕੀਤਾ ਗਿਆ। ਇਹ ਸਿੱਖ ਕੌਮ ਦੇ ਉਹਨਾਂ ਮਹਾਨ ਸੂਰਵੀਰ ਯੋਧਿਆਂ ਦੇ ਦਰਦ ਨੂੰ ਜਾਣਦੇ ਨੇ, ਸਿੱਖ ਕੌਮ ਦੇ ਹਰ ਉਸ ਇਸ਼ੂ ਤੋਂ ਵਾਕਫ ਨੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਜਿਹੜੀ ਇਸ ਸਮੇਂ ਇੱਕ ਸੰਘਰਸ਼ ਵਿੱਢਿਆ ਹੈ, ਸੰਘਰਸ਼ ਉਹ ਵਿੱਢਿਆ ਹੈ ਜਿਹਨਾਂ ਸਿੰਘਾਂ ਦੀ ਜਿਹੜੀ ਸਜ਼ਾ ਹੈ ਜਾਂ ਜਿਹੜੀ ਕੈਦ ਪੂਰੀ ਹੋ ਚੁੱਕੀ ਹੈ, ਉਹਨਾਂ ਨੂੰ ਵੀ ਅਜੇ ਤੱਕ ਛੱਡਿਆ ਨਹੀਂ ਜਾ ਰਿਹਾ। ਇੱਕ ਧੱਕੇ ਤੋਂ ਬਾਅਦ ਇੱਕ ਧੱਕਾ, ਇੱਕ ਵਧੀਕੀ ਤੋਂ ਬਾਅਦ ਇੱਕ ਵਧੀਕੀ ਉਸ ਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਹੈ। ਔਰ ਸੰਗ ਸ਼ਰਮ ਵਾਲੀ ਗੱਲ ਇਹ ਹੈ ਕਿ ਇਹ ਅਕਾਲੀ ਬੀਜੇਪੀ ਦੀ ਸਰਕਾਰ ਇਸ ਸਮੇਂ ਪੰਜਾਬ ਵਿੱਚ ਆ, ਉਹਨਾਂ ਦੇ ਸਮੇਂ ਵੀ ਹੋ ਰਹੀ ਹੈ, ਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆ। ਹੁਣ ਕੀ ਜਿਹੜੀ ਅਕਾਲੀਆਂ ਦੀ ਸਰਕਾਰ ਆ ਉਹ ਕਿਹਨੂੰ ਦੋਸ਼ ਦੇਵੇਗੀ? ਤੇ ਅੱਜ ਮੇਰੀ ਭਾਈ ਹਰਪਾਲ ਸਿੰਘ ਚੀਮਾ ਨਾਲ ਉਹਨਾਂ ਵੀ ਗੱਲਬਾਤ ਹੋ ਰਹੀ ਸੀ, ਉਹਨਾਂ ਨਾਲ ਵੀ ਗੱਲਬਾਤ ਹੋਈ, ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਉਹਨਾਂ ਨੂੰ ਪਤਾ ਲੱਗਾ ਕਿ ਦਲ ਖਾਲਸਾ ਦੇ ਆਗੂਆਂ ਨੂੰ ਫੜ ਲਿਆ ਗਿਆ, ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜਾ 4 ਦਸੰਬਰ ਯਾਨੀ ਕੱਲ ਨੂੰ ਇੱਕ ਮਾਰਚ ਨਿਕਲਣਾ, ਇੱਕ ਰੋਸ ਮਾਰਚ ਨਿਕਲਣਾ, ਇੱਕ ਲਹਿਰ ਬਣਦੀ ਜਾ ਰਹੀ ਹੈ, ਇਸ ਲਹਿਰ ਨੂੰ ਹਰ ਹੀਲੇ ਵਸੀਲੇ ਖਤਮ ਕਰ ਦਿੱਤਾ ਜਾਏ, ਕਿਉਂਕਿ ਹੁਣ ਸਰਕਾਰ ਨੂੰ ਇਸ ਗੱਲ ਦਾ ਡਰ ਤਾਂ ਹੈ, ਪਰ ਸਰਕਾਰ ਨੂੰ ਡਰ ਹੈ ਜੇ ਸਰਕਾਰ ਥੋੜੀ ਬਹੁਤੀ ਵੀ ਸਿੱਖਾਂ ਦੀ ਹਮਦਰਦੀ ਰੱਖਦੀ ਆ ਜਾਂ ਸਿੱਖ
ਪੰਥ ਤੋਂ ਉਹਨਾਂ ਨੂੰ ਥੋੜੀ ਬਹੁਤੀ ਵੀ ਕਲਮ ਦਰਦੀ ਹੈ ਤਾਂ ਫਿਰ ਜੇਲ੍ਹਾਂ ਵਿੱਚ ਬੰਦ ਬੈਠੇ ਸਿੱਖਾਂ ਨੂੰ ਜਿਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਹਰ ਹੀਲੇ ਵਸੀਲੇ ਰਿਹਾ ਕਰ ਦੇਣਾ ਚਾਹੀਦਾ ਸੀ। ਭਾਈ ਹਰਪਾਲ ਸਿੰਘ ਚੀਮਾ ਉਹਨਾਂ ਨੇ ਇਹ ਵੀ ਦੱਸਿਆ ਕਿ ਦੇਖੋ ਜੀ ਉਹ ਕਹਿੰਦੇ ਸੀ ਉਹ ਡੀ ਸੀ ਸਾਹਿਬ ਨੂੰ ਮਿਲੇ ਵੀ ਉਹ ਕਹਿੰਦੇ ਉਹਨਾਂ ਕੋਲ ਲਿਸਟ ਨਹੀਂ ਹੈ, ਉਹਨਾਂ ਕੋਲ ਫੜਨ ਵਾਸਤੇ ਬੰਦਿਆਂ ਦੀ ਲਿਸਟ ਹੈ ਕਿ ਕਿਸ ਤਰ੍ਹਾਂ ਭਾਈ ਕਮਰਪਾਲ ਸਿੰਘ ਬਿੱਟੂ ਉਹਨਾਂ ਨੂੰ ਚੱਕਣਾ ਤੇ ਭਾਈ ਘੁਮਾਉਣ ਉਹਨਾਂ ਨੂੰ ਚੱਕਣਾ ਹੈ ਜਾਂ ਕਿਸ ਤਰ੍ਹਾਂ ਝੂਠੇ ਕੇਸ ਪਾ ਕੇ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਦੇਖਣਾ ਹੈ ਜਾਂ ਕਿਸ ਤਰ੍ਹਾਂ ਸਿੱਖਾਂ ਨੂੰ ਹਰ ਹੀਲੇ ਵਸੀਲੇ ਗੁਮਰਾਹ ਕਰਨਾ ਅਤੇ ਉਹਨਾਂ ਦੇ ਖਿਲਾਫ਼ ਭੰਡੀ ਪ੍ਰਚਾਰ ਕਰਨਾ। ਹੁਣ ਲਿਸਟ ਵੀ ਉਹਨਾਂ ਕੋਲ ਹੈ ਤੇ ਸ਼ਸ਼ੀਕਾਂਤ ਜਿਹੜੇ ਕਿ ਖੁਦ ਜੇਲ੍ਹਾਂ ਦੇ ਡੀ ਜੀ ਪੀ ਰਹਿ ਚੁੱਕੇ ਨੇ ਉਹ ਵੀ ਇਹਨਾਂ ਨੂੰ ਮਿਲਣ ਗਏ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਇੱਕ ਦੋ ਦਿਨਾਂ ਵਿੱਚ ਛੱਡ ਸਕਦੀ ਆ। ਸੋ ਹੋਰ ਨਾਮਵਰ ਸ਼ਖਸੀਅਤਾਂ ਮਿਲਣ ਜਾ ਰਹੀਆਂ ਨੇ, ਲੋਕੀ ਮਿਲਣ ਜਾ ਰਹੇ ਨੇ, ਆਮ ਲੋਕੀ ਮਿਲਣ ਜਾ ਰਹੇ ਨੇ, ਪੰਥਕ ਸੰਸਥਾਵਾਂ ਦੇ ਆਗੂ ਉਹਨਾਂ ਦੇ ਨਾਲ ਮਿਲਣ ਜਾ ਰਹੇ ਨੇ। ਕੱਲ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਤੇ ਭਾਈ ਸਾਹਿਬ ਜੀ ਚੜ੍ਹਦੀ ਕਲਾ ਚ ਨੇ ਤੇ ਚੀਮਾ ਸਾਹਿਬ ਨੇ ਵੀ ਕਿਹਾ ਜਿਹੜੇ ਡਾਕਟਰ ਸਾਹਿਬ ਉਹਨਾਂ ਦੀ ਚੈੱਕਅਪ ਕਰ ਰਹੇ ਉਹਨਾਂ ਨੇ ਕਿਹਾ ਵੀ 20 ਦਿਨ ਭੁੱਖਾ ਰਹਿਣ ਤੋਂ ਬਾਅਦ ਕੋਈ ਰੱਬ ਦਾ ਪਿਆਰਾ ਕੋਈ ਰੱਬ ਦੇ ਵੱਲੋਂ ਕਹਿ ਲਓ ਜਿਹੜੀ ਬਖਸ਼ ਦਾ ਪਾਤਰ ਹੀ ਇੰਨਾ ਲੰਮਾ ਸਮਾਂ ਕਹਿ ਲਓ ਕੱਟ ਸਕਦਾ। ਸੋ ਇਹ ਆਪਣਾ ਵਿੱਚ ਚੜ੍ਹਦੀ ਕਲਾ ਹੁਣ ਸਵਾਮੀ ਰਾਮ ਦੇ ਵਰਗੇ ਨੇ ਗੱਲਾਂ ਉਦਾਹਰਨਾਂ ਦਿੱਤੇ ਜਾਂਦੇ ਨੇ ਉਦੋਂ ਦੋ ਤੋਂ ਦੋ ਤਿੰਨ ਕਹਿ ਲਓ ਦਿਨ ਹੀ ਕੱਟੇ ਭੁੱਖੇ ਨੇ। ਇਹ ਸਿੰਘਾਂ ਦੀ ਚੜ੍ਹਦੀ ਕਲਾ ਵੀ ਦੂਜੇ ਪਾਸੇ ਜਿਹੜੇ ਲੋਕੀ ਉਹਨਾਂ ਨੂੰ ਮਿਲ ਜਾਂਦੇ ਨੇ ਜਾਂ ਆਗੂ ਮਿਲ ਜਾਂਦੇ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਿਲ ਜਾਂਦੇ ਨੇ ਜਾਂ ਪ੍ਰਧਾਨ ਸਾਹਿਬ ਗਏ ਜਾਂ ਹੋਰ ਕੋਈ ਗਿਆ। ਉਹਨੇ ਕਿਹਾ ਵੀ ਮੇਰੀ ਚਿੰਤਾ ਨਾ ਕਰੋ, ਕੌਮ ਦੀ ਚਿੰਤਾ ਕਰੋ। ਕੌਮ ਦੀ ਚਿੰਤਾ ਤੇ ਗੁਰੂ ਦੇ ਉਸ ਆਦੇਸ਼ ਤੇ ਚੱਲਣ ਵਾਲੇ ਨੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਸਾਡਾ ਵੀ ਸਿਰ ਚੁੱਕਦਾ ਕਿਉਂਕਿ ਉਹਨਾਂ ਨੇ ਕੌਮੀ ਮੁੱਦਾ ਅੱਗੇ ਰੱਖਿਆ, ਉਹਨਾਂ ਨੇ ਕੌਮੀ ਮੁੱਦੇ ਨੂੰ ਅੱਗੇ ਰੱਖ ਕੇ ਆਪਣਾ ਸੰਘਰਸ਼ ਕੱਢ ਦਿੱਤਾ ਹੈ। ਵਾਹਿਗੁਰੂ ਸਾਡੀ ਕੌਮ ਨੂੰ ਸਾਡੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੀ ਕਰੇ। ਸਾਡੀ ਵੀ ਅਰਦਾਸ ਹੈ ਕਿਉਂਕਿ ਬਾਹਰ ਵੀ ਸਿੱਖ ਸੰਗਤਾਂ ਇਸ ਲਈ ਚਿੰਤਤ ਨੇ, ਡੀਸੀ ਦੀਆਂ ਸਿੱਖ ਸੰਗਤਾਂ ਨੇ ਵੀ ਉਪਰਾਲਾ ਕੀਤਾ ਵੀ ਤੇ ਜਿਹੜੇ ਮੈਸੇਜ ਆ ਪੰਜਾਬ ਦੇ ਮੁੱਖ ਮੰਤਰੀ ਤੇ ਕਾਲਕਾ ਸਾਹਿਬ ਦੇ ਜਥੇਦਾਰ ਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਪੰਥਕ ਉਹਨਾਂ ਤੱਕ ਵੀ ਪਹੁੰਚਣੇ ਚਾਹੀਦੇ ਨੇ ਕਿ ਇਹ ਜਿਹੜੇ ਇਸ਼ੂ ਨੇ ਸਾਡੀ ਕੌਮ ਦੇ ਇਸ਼ੂ ਨੇ, ਕੌਮ ਦੇ ਮੁੱਦਿਆਂ ਤੇ ਇੱਕ ਮੁੱਠ ਹੋ ਕੇ ਕੰਮ ਕਰੀਏ, ਇੱਕ ਜੁੱਟਤਾ ਦੇ ਨਾਲ ਕੰਮ ਕਰੀਏ, ਜੁਆਇੰਟ ਐਫਰਟ ਦੇ ਨਾਲ ਕੰਮ ਕਰੀਏ ਤਾਂ ਸਾਡੇ ਕੋਲ ਕੋਈ ਨਾ ਕੋਈ ਪ੍ਰਾਪਤੀ ਹੋ ਸਕਦੀ ਇਹਦੀ ਆਸ ਹੈ। ਹਾਂਜੀ ਜੀ ਬਿਲਕੁਲ ਵੀਰ ਜੀ, ਤੁਸੀਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਸੰਘਰਸ਼ ਸ਼ੁਰੂ ਕੀਤਾ ਹੈ, ਜਿਹੜੀ ਉਹਨਾਂ ਦੀਆਂ ਮੰਗਾਂ ਨੇ ਤੁਹਾਨੂੰ ਕੀ ਲੱਗਦਾ ਜਾਇਜ਼ ਨੇ? ਅਗਰ ਤੁਸੀਂ ਸਮਝਦੇ ਕਿ ਜਾਇਜ਼ ਨੇ ਤਾਂ ਫਿਰ ਬਾਦਲ ਸਰਕਾਰ ਜਾਂ ਅਕਾਲੀ ਦਲ ਉਹਨਾਂ ਦੇ ਵਰਤ ਨੂੰ ਕਿਉਂ ਨਹੀਂ ਅਪਣਾਉਂਦੀ, ਇਸ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਦੇਖੋ ਜੀ, ਸਿੱਖ ਦੀ ਮੰਗ ਤਾਂ ਜਾਇਜ਼ ਹੈ ਹੀ ਹੈ, ਉਹਨਾਂ ਨੇ ਉਲਟਾ ਜਿਹੜੀ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹ ਕਿਹੜਾ ਤਰੀਕਾ ਹੈ, ਉਹ ਕਿਹੜਾ ਸਿਸਟਮ ਹੈ ਜਿਹੜਾ ਸਿੱਖਾਂ ਨੂੰ ਘੱਟ ਗਿਣਤੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਨਹੀਂ ਛੱਡਦਾ? ਇਹ ਤਾਂ ਮੇਰੇ ਤਾਂ ਖਿਆਲ 'ਚ ਨਹੀਂ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਜਾਂ ਡਿਕਟੇਟਰ ਵਾਲੇ ਦੇਸ਼ ਵਿੱਚ ਵੀ ਇਹੋ ਜਿਹਾ ਸਿਸਟਮ ਹੋਵੇਗਾ। ਦੂਜੇ ਪਾਸੇ ਹੁਣ ਤੁਸੀਂ ਸੁਣਿਆ ਹੋਣਾ, ਦੋ ਤਿੰਨ ਦਿਨ ਦੀ ਗੱਲ ਹੈ, ਖ਼ਬਰਾਂ ਵਿੱਚ ਵੀ ਪੜਿਆ ਹੋਵੇਗਾ, ਸਭ ਨੇ ਦੇਖਿਆ ਵਿਚਾਰਿਆ ਹੋਵੇਗਾ ਕਿ ਸੌਦਾ ਸਾਧ ਦੇ ਚੇਲੇ ਚੈਲੰਜ ਕਰ ਰਹੇ ਸੀ ਵੀ ਜੇ ਤੁਸੀਂ ਉਹਨਾਂ ਸਿੱਖਾਂ ਨੂੰ ਨਾ ਫੜਿਆ ਜਿਹਨਾਂ ਦਾ ਮਸਲਾ ਬੋਗੇ ਦੇ ਵਿੱਚ ਆਇਆ ਸੀ ਤਾਂ ਅਸੀਂ ਪੰਜਾਬ ਬੰਦ ਕਰ ਦਿਆਂਗੇ। ਇੱਕ ਪਾਸੇ ਉਹ ਲੋਕ ਨੇ ਜਿਹੜੇ ਸਿੱਖਾਂ ਤੇ ਕੇਸ ਪਵਾ ਕੇ ਪੰਜਾਬ ਬੰਦ ਕਰਨ ਦੀਆਂ ਧਮਕੀਆਂ ਦਿੰਦੇ ਨੇ, ਦੂਜੇ ਪਾਸੇ ਹੁਣ ਇਹ ਦੇਖਿਆ ਜਾਏ ਕਿ ਜੇ ਆਸਾ ਰਾਮ ਸੀ, ਆਸਾ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੀ ਭਾਰਤ ਕਿੰਨੇ ਘੰਟੇ ਬੰਦ ਰਿਹਾ ਸੀ? ਸੋ ਉਹ ਸਿਸਟਮ ਹੈ ਜਿਹੜਾ ਸਿੱਖਾਂ ਦੇ ਖਿਲਾਫ਼ ਹਰ ਵੇਲੇ ਹਰ ਸਮੇਂ 24 ਘੰਟੇ 24/7 days 365 ਦਿਨ ਕੰਮ ਕਰਦਾ, ਕਿਉਂਕਿ ਖਰੀਦੇ ਖਰੂਦੇ ਸਿੱਖ ਨੇ ਜਿਹੜੇ ਕੋਈ ਚੀਫ ਮਿਨਿਸਟਰ ਬਣ ਕੇ ਕਹਿ ਲਓ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਸਰਕਾਰ ਦੀਆਂ, ਕੋਈ ਡੀ ਜੀ ਪੀ ਵਰਗੀ ਕਰਨਾ ਚਾਹੁੰਦਾ, ਡੀ ਜੀ ਪੀ ਵੀ ਉਹਨਾਂ ਨੂੰ ਲਾਇਆ ਜਾਂਦਾ ਸਮੇਤ ਸੈਣੀ ਵਰਗਿਆਂ ਨੂੰ ਜਿਹਨਾਂ ਤੇ ਉਹਨਾਂ ਦੇ ਪਰਿਵਾਰ ਦੇ ਨੇੜਲੇ ਮੈਂਬਰਾਂ ਨੂੰ ਮਾਰਨ ਦੇ ਵੀ ਕੇਸ ਨੇ। ਪਿੱਛੇ ਜਿਹੇ ਕੇਸ ਚੱਲਦਾ ਸੀ ਸੀ ਬੀ ਆਈ ਦੀ ਅਦਾਲਤ ਵਿੱਚ, ਜੱਜ ਨੇ ਵੀ ਝਾੜ ਪਾਈ ਵੀ ਭਾਈ ਤੂੰ ਇੱਕ ਇੱਕ ਪੰਜਾਬ ਦਾ ਡੀ ਜੀ ਪੀ ਦੇ ਤੌਰ ਤੇ ਰੋਗ ਰੂਪ ਨਾਲ ਨਾ ਆਇਆ ਕਰ। ਇਹ ਮੁੱਦੇ ਨੇ, ਉਹ ਸਿਸਟਮ ਹੈ ਜਿੱਥੇ ਗਾਈਆਂ ਨੂੰ ਮਾਰਨ ਵਾਲੇ ਲਈ 10 ਸਾਲ ਦੀ ਸਜ਼ਾ ਹੈ, ਜਿੱਥੇ ਡੇਰਾਵਾਦ ਵੱਧ ਰਿਹਾ, ਜਿਸ ਸਿਸਟਮ ਦੇ ਤਹਿਤ ਜੇ ਚਾਹੁਣ ਤਾਂ ਆਸਾਰਾਮ ਵਰਗੇ ਨੂੰ ਵੀ ਫੜ ਸਕਦੇ ਨੇ, ਜਿਹੜੇ 400 ਤੋਂ ਉੱਪਰ ਜਿਹੜੇ ਡੇਰੇ ਸਨ, ਜੇ ਨਾ ਚਾਹੁਣ ਤਾਂ ਛੋਟਾ ਜਿਹਾ ਉਹ ਤੋਂ ਵੀ ਕਿਤੇ ਛੋਟਾ ਜਿਹੜਾ ਸੌਦਾ ਸਾਧ ਉਹਨੂੰ ਨਹੀਂ ਫੜਿਆ ਜਾਂਦਾ, ਉਹਦੇ ਦੇ ਕੋਲ ਕਿੰਨੀਆਂ ਗੱਡੀਆਂ ਨੇ, ਕਿੱਡਾ ਬੜਾ ਸਿਸਟਮ ਹੈ। ਸੋ ਸਰਕਾਰੀ ਸ਼ਹਿ ਦੇ ਅਨੁਸਾਰ ਸਾਰਾ ਕੰਮ ਚੱਲ ਰਿਹਾ, ਸਿੱਖਾਂ ਨੂੰ ਧਾਰਮਿਕ ਰਾਜਨੀਤਿਕ
ਸਮਾਜਿਕ ਤੌਰ ਤੇ ਸਿੱਖਾਂ ਦਾ ਖੁਰਾ ਪ੍ਰਿੰਟੋਲੀ ਪਰ ਦੂਜੇ ਪਾਸੇ ਸਿੱਖ ਭਾਈ ਗੁਰਬਖਸ਼ ਸਿੰਘ ਵਰਗੇ ਜਾਂ ਜਿਹੜੇ ਸਿੱਖ ਜ਼ਿਲ੍ਹਿਆਂ ਦੇ ਵਿੱਚ ਨੇ ਜਾਂ ਸਾਡੇ ਇੱਥੇ ਕਣਕ ਦੇ ਵਿੱਚ ਆਉਣ ਵਾਲੇ 7 ਦਸੰਬਰ ਨੂੰ ਸਿੱਖ ਨਸਲਕੁਸ਼ੀ ਪ੍ਰਭੂਸੱਤਾ ਸਿੱਖ ਜੈਨੋਸਾਈਡ ਸਿੱਖ ਸੋਵਰਨਿਟੀ ਕਾਨਫਰੰਸ ਹੋਣ ਜਾ ਰਹੀ ਆ। ਪਹਿਲਾਂ ਲੱਗਦਾ ਸੀ ਕਿ ਸਿੱਖਾਂ ਨੂੰ ਕਿ ਸ਼ਾਇਦ ਜਿਹੜੇ ਕਾਂਗਰਸ ਨੇ ਸਿੱਖਾਂ ਦਾ ਜਿਸ ਢੰਗ ਨਾਲ ਕਤਲੇਆਮ ਕੀਤਾ, ਦਿੱਲੀ ਦੇ ਦੰਗੇ, ਸਿੱਖ ਵਿਰੋਧੀ ਦੰਗੇ, ਹੌਲੀ ਹੌਲੀ ਹੁਣ ਕੌਮ ਦੇ ਦੁਸ਼ਮਣਾਂ ਤੱਕ ਵੀ ਮੈਸੇਜ ਪਹੁੰਚ ਚੁੱਕਾ। ਸਾਡੀ ਕੌਮ, ਸਾਡੀ ਕਮਿਊਨਿਟੀ ਭਾਈਚਾਰਾ ਵੀ ਇਸ ਤੇ ਇਕੱਤਰ ਹੋ ਕੇ ਇਸ ਤਰ੍ਹਾਂ ਕੰਮ ਕਰ ਰਿਹਾ। ਨਸਲ ਖੁਸ਼ੀ ਤੱਕ ਇਹ ਜਿਹੜਾ ਸਾਡੇ ਮਨਾਂ ਦੇ ਅੰਦਰ ਤਾਂ ਗੱਲ ਘੱਟੋ ਘੱਟ ਬੈਠ ਚੁੱਕੀ, ਹਾਂ ਇਹ ਨਸਲ ਖੁਸ਼ੀ ਸੀ, ਇਹ ਕਤਲੇਆਮ ਸੀ, ਅੱਜ ਵੀ ਉਹ ਨਸਲ ਖੁਸ਼ੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਰਹੀ ਹੈ। ਇਸ ਨੂੰ ਕਿਸ ਤਰ੍ਹਾਂ ਰੋਕਣਾ? ਸੋ ਨਸਲ ਖੁਸ਼ੀ ਤੋਂ ਅਸੀਂ ਪ੍ਰਭੂ ਸੱਤਾ ਵੱਲ ਨੂੰ ਵੱਧ ਰਹੇ ਹਾਂ। 28-29 ਸਾਲ ਦੇ ਵਿੱਚ ਸਿੱਖਾਂ ਨੂੰ ਕੋਈ ਉੱਥੇ ਇਨਸਾਫ਼ ਨਹੀਂ ਮਿਲਿਆ। ਬੀਬੀ ਜਗਦੀਸ਼ ਕੌਰ ਅਤੇ ਉਹਨਾਂ ਦੇ ਹੋਰ ਸਾਥੀ ਜਿਹਨਾਂ ਨੇ 28-29 ਸਾਲ ਉਸ ਸੰਘਰਸ਼ ਉਸ ਦੇਸ਼ ਦੀ ਸਭ ਤੋਂ ਵੱਡੀ ਰਾਜਧਾਨੀ ਦੇ ਵਿੱਚ ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ ਸੀ ਤੇ ਉਹ ਇੱਕ ਸੰਘਰਸ਼ ਉਹਨਾਂ ਨੇ ਵਿੱਢਿਆ ਹੋਇਆ ਤੇ ਉਹਨਾਂ ਨੇ ਕਿਹਾ ਸੀ ਵੀ 2 ਕਰੋੜ ਲੈ ਲਓ, 8 ਕਰੋੜ ਲੈ ਲਓ, ਉਹਦੇ ਨਾਲ ਉਹ ਨਹੀਂ ਦਿੱਤੇ। ਪਰ ਫੈਸਲਾ ਉਹਨੇ ਕਿਹਾ ਉਹੀ ਹੋਇਆ ਜਿਹੜਾ ਉਹਨਾਂ ਨੂੰ ਦੱਸਿਆ ਗਿਆ ਸੀ, ਸੱਜਣ ਕੁਮਾਰ ਨੂੰ ਵਰੀ ਕਰਤਾ ਜਾਏਗਾ। ਸੋ ਉਹ ਜਿਹੜਾ ਸਿਸਟਮ ਹੈ, ਇੱਕ ਪਾਸੇ ਬੀਜੇਪੀ ਲੱਗੀ ਹੋਈ ਆ, ਇੱਕ ਪਾਸੇ ਕਾਂਗਰਸ ਵੱਲ ਲੱਗੇ ਹੋਇਆ। ਅਫਸੋਸ ਨਾਲ ਕਹਿਣਾ ਪੈਂਦਾ, ਇੱਕ ਪਾਸੇ ਅਕਾਲੀ ਜਿਹਨਾਂ ਦਾ ਇਤਿਹਾਸ ਬੜਾ ਵਿਲੱਖਣ ਹੈ, ਉਹ ਵੀ ਕੌਮ ਦੇ ਹੱਕ ਵਿੱਚ ਭੁਗਤਣ ਦੀ ਬਜਾਏ ਕੌਮ ਦੇ ਖਿਲਾਫ ਭੁਗਤ ਰਹੇ ਨੇ। ਅਸੀਂ ਤਾਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ TV84 ਦਾ ਵੀ, ਡਾਕਟਰ ਸਾਹਿਬ ਜੀ ਨੇ, ਡਾਕਟਰ ਅਮਰਜੀਤ ਸਿੰਘ ਜੀ, ਇਹ ਦਿਨ ਰਾਤ ਕਰਕੇ ਤੁਹਾਡੀ ਸਾਰੀ ਟੀਮ ਕੌਮ ਦੇ ਕੌਮੀ ਮੁੱਦਿਆਂ ਨੂੰ ਉਭਾਰਨ ਵਾਸਤੇ ਲੱਗੀ ਹੋਈ ਆ। ਸਾਡਾ ਗੁਰੂ ਤੇ ਦ੍ਰਿੜ ਵਿਸ਼ਵਾਸ ਹੈ, ਨਿਸ਼ਚੈ ਹੈ ਕਿ ਇੱਕ ਦਿਨ ਕੌਮ ਦੇ ਝੰਡੇ ਦੁਨੀਆਂ ਦੇ ਝੰਡਿਆਂ ਬਰਾਬਰ ਚੱਲਣਗੇ। ਹੁਣ ਜਿੰਨੇ ਜ਼ੁਲਮ ਉਹਨੇ ਕਰਨੇ ਸੀ ਉਹਨੇ ਕਰਕੇ ਦੇਖ ਲਏ, ਹੁਣ ਜਿੰਨਾ ਕੌਮ ਨੂੰ ਖਰਾਬ ਕਰਨਾ ਸੀ ਕਰਕੇ ਦੇਖ ਲਿਆ। ਕਿਉਂਕਿ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਦਾ ਕਹਿ ਲਓ ਇੱਕ ਜਿਹੜਾ ਉਹਨਾਂ ਦਾ ਵਿਸ਼ਵਾਸ ਹੈ ਗੁਰੂ ਤੇ ਅਟਲ ਹੈ, ਅਟਲ ਹੈ, ਇੱਦਾਂ ਦੇ ਹੋਰ ਵੀ ਸਿੱਖ ਨੇ ਘਰਾਂ 'ਚ ਬੈਠੇ ਹੋਣਗੇ ਜਾਂ ਕੋਈ ਅਰਦਾਸ ਕਰਦਾ ਹੋਏਗਾ, ਜਿਵੇਂ ਪੰਥ ਜਥੇਬੰਦੀਆਂ ਨੇ, ਜਿਵੇਂ ਰਾਜੋਆਣ ਦੇ ਵੇਲੇ ਹੋਇਆ, ਜਾਂ ਫਿਰ ਜਿਸ ਤਰ੍ਹਾਂ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੇ ਸਿੱਖਸ ਫਾਰ ਜਸਟਿਸ ਦੇ ਇੱਕ ਲਹਿਰ ਚਲਾਈ ਹੋਈ ਆ। ਸਾਡੇ ਤੰਤਰ ਵਿੱਚ ਕੋਈ ਬੰਦਾ, ਕੋਈ ਜਥੇਬੰਦੀ ਇਸ ਗੱਲ ਤੋਂ ਬਾਹਰ ਨਹੀਂ ਆ, ਉਹ ਸਾਰੇ ਮਿਲ ਕੇ ਕਰ ਰਹੇ ਨੇ। ਇਸ ਤਰ੍ਹਾਂ ਪੰਜਾਬ ਵਿੱਚ ਵੀ ਇੱਕ ਸੰਘਰਸ਼ ਵਿੱਢਿਆ ਜਾ ਰਿਹਾ। ਸੋ ਕੀਪ ਇਟ ਅਪ, ਮੇਰੇ ਖਿਆਲ ਸਾਨੂੰ ਆਪਣੇ ਆਪ ਨੂੰ ਵੀ ਸੰਗਠਿਤ ਕਰਕੇ, ਯੂਨਾਈਟਿਡ ਕਰਕੇ, ਇੱਕ ਜੁਆਇੰਟ ਐਫਰਟ ਦੇ ਤੌਰ ਤੇ ਕੰਮ ਕਰਨਾ ਚਾਹੀਦਾ। ਆਈ ਥਿੰਕ ਵੀ ਆਰ ਔਨ ਰਾਈਟ ਟਰੈਕ, ਮੇਰੇ ਖਿਆਲ 'ਚ ਇਹ ਵੀ ਸਾਨੂੰ ਕਹਿਣਾ ਪੈਂਦਾ ਹੈ। ਹਾਂਜੀ, ਤੇ ਵੀਰ ਜੀ ਇਹ ਵੀ ਕਿਹਾ ਗਿਆ ਕਿ ਕੁਛ ਹਲਕਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭੁੱਖ ਹੜਤਾਲ ਰੱਖਣਾ ਗੁਰਮਤ ਦੇ ਵਿਰੋਧ ਹੈ, ਇਹ ਵਿਰੋਧ ਹੈ, ਤੇ ਇਸ ਬਾਰੇ ਤੁਹਾਡਾ ਕੀ ਖਿਆਲ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਉਹ ਮੇਰੇ ਖਿਆਲ ਕਈ ਵਾਰੀ ਨਾ ਜਿਹੜੇ ਛੋਟੀ ਸੋਚ ਵਾਲੇ ਬੰਦੇ ਨੇ ਜਾਂ ਜਿਹੜੇ ਮੌਕਾ ਪ੍ਰਸਤ ਨੇ ਉਹ ਇਹ ਸੋਚ ਲੈਂਦੇ ਨੇ ਛੋਡੇ ਅੰਨ ਕਰੇ ਪਖੰਡ ਨਾ ਸੁਹਾਗ ਨਾ ਉਰੰਡ, ਜਿਹੜੇ ਵਰਤ ਰੱਖਦੇ ਨੇ ਇੱਕ ਦੂਜੇ ਵਾਸਤੇ ਉਹ ਆ। ਪਰ ਇਹ ਇਸ਼ੂ ਹੋ ਰਿਹਾ ਉਸ ਬੰਦੇ ਨੇ ਆਪਣੀ ਜਾਨ ਦੀ ਕੁਰਬਾਨੀ, ਆਪਣੀ ਆਪਣੀ ਕਹਿ ਲਓ ਜਿਹੜਾ ਭੁੱਖ ਹੜਤਾਲ ਦੇ ਤਾਂ ਹੈ, ਹੀ ਇਜ਼ ਔਨ ਹੰਗਰ ਸਟ੍ਰਾਈਕ ਫਾਰ ਫਰੀਡਮ ਫਾਰ ਜਸਟਿਸ। ਸਾਨੂੰ ਇਹਨਾਂ ਗੱਲਾਂ ਦੀ ਵਿਚਾਰਨਾ ਚਾਹੀਦਾ। ਉਹਨੇ ਕੋਈ ਸ਼ੌਕ ਨਹੀਂ ਹੈ, ਉਹਨੇ ਸ਼ੌਕ ਨਾਲ ਨਹੀਂ ਕੋਈ ਰੱਖਿਆ, ਉਹਨੇ ਲੋਕਾਂ ਨੂੰ ਦੱਸਣ ਰੱਖਿਆ ਵੀ ਸਿੱਖ ਭੁੱਖਾ ਵੀ ਰਹਿ ਸਕਦਾ, ਸਿੱਖ ਕੁਰਬਾਨ ਵੀ ਹੋ ਸਕਦਾ। ਇਹ ਉਹੀ ਕੁਰਬਾਨੀ ਹੈ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸੀ। ਸਿੱਖ ਇਸ ਕਰਕੇ ਕੋਈ ਪਖੰਡ ਨਹੀਂ ਕਰਦਾ, ਪਖੰਡ ਉਹ ਲੋਕ ਕਰਦੇ ਨੇ ਜਿਹੜੇ ਇਸ ਸੋਚ ਦੇ ਧਾਰਨੀ ਨੇ ਕਿ ਅਸੀਂ ਸਿੱਖਾਂ ਨੂੰ ਇਨਸਾਫ ਨਹੀਂ ਦਵਾਉਣਾ। ਜਿਹਦੇ ਵਿੱਚ ਕਿਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਹੋ ਸਕਦਾ ਜਾਂ ਕੋਈ ਹੋਰ ਧਾਰਮਿਕ ਆਗੂ ਵੀ ਹੋ ਸਕਦਾ। ਨਿਰਪ੍ਰੀਤ ਕੌਰ ਦਾ ਜਿਹੜਾ ਉਹਨਾਂ ਨੇ ਭੁੱਖ ਹੜਤਾਲ ਨੂੰ ਤੁੜਾਉਣਾ, ਉਸ ਤੋਂ ਬਾਅਦ ਨਿਰਪ੍ਰੀਤ ਕੌਰ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਸੀ ਵੀ ਇਸ ਤਰੀਕੇ ਨੂੰ ਨਹੀਂ ਤੁੜਵਾਉਣਾ ਚਾਹੀਦਾ। ਉੱਥੇ ਸਾਰੀ ਕੈਬਨਿਟ ਮੰਤਰੀ ਇਕੱਠੇ ਹੋਏ ਸੀ, ਉੱਥੇ ਸਾਰਾ ਅਕਾਲੀ ਦਲ ਇਕੱਠਾ ਹੋਇਆ ਸੀ। ਇੱਥੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਜਾਂ ਫਿਰ ਹੋਰ ਸਿੱਖਾਂ ਦੇ ਲਈ ਜਿਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ, ਇੱਥੇ ਨਾ ਕੋਈ ਅਕਾਲੀ ਦਲ ਦਾ MLA ਗਿਆ, ਨਾ ਕੋਈ ਕਾਂਗਰਸ ਦਾ ਗਿਆ, ਨਾ ਕੋਈ BJP ਦਾ ਗਿਆ, ਹੋਰ ਥੋੜੇ ਬਹੁਤ ਜੂ ਪਾਰਟੀਆਂ ਵਾਲੇ ਆਏ ਨੇ। ਸੋ ਇਹ ਪਖੰਡ ਉਹਨਾਂ ਲੋਕਾਂ ਵਾਸਤੇ ਜਿਹੜੇ ਇਨਜਸਟਿਸ ਜਾਂ ਬੇਇਨਸਾਫੀ ਚਾਹੁੰਦੇ ਨੇ। ਇਨਸਾਫ਼ ਲੈਣ ਵਾਸਤੇ ਤਾਂ ਹਰ ਰਾਹ ਖੁੱਲ੍ਹਾ ਸੀ, ਖੁੱਲ੍ਹਾ ਹੈ, ਜਿੰਨੇ ਵੀ ਦਰਸ਼ਕ ਨੇ ਉਹ TV84 ਨੂੰ ਦੇਖਦੇ ਨੇ,
सुनते ने विचारते ने वाहगुरु जी की फतेह। व्यूअर्स इतने मैं थोड़े भी साथ लैनी है, कल मिलेंगे सेम टाइम सेम शो से। कीप वॉचिंग न्यूज़ टीवी 84 द नाल एंड वी विल सी यू टुमारो। वाहगुरु जी का खालसा, वाहगुरु जी की फतेह।